ਮਿਸੀਸਾਗਾ ਸਟ੍ਰੀਟਸਵਿਲੇ ਲਈ ਓਨਟਾਰੀਓ ਦੇ ਐਸੋਸੀਏਟ ਮਿਨਿਸਟਰ ਆਫ ਸਮਾਲ ਬਿਜ਼ਨਸ ਐਂਡ ਰੈੱਡ ਟੇਪ ਰਿਡਕਸ਼ਨ ਐਮਪੀਪੀ ਨੀਨਾ ਟਾਂਗਰੀ ਨੇ ਲਿੰਕਡਇਨ ਤੇ ਓਨਟਾਰੀਓ ਕੋਵਿਡ-19 ਸਮਾਲ ਬਿਜ਼ਨਸ ਰਿਲੀਫ ਗ੍ਰਾਂਟ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਅਰਜ਼ੀਆਂ ਖੁੱਲੀਆਂ ਨੇ। ਓਨਟਾਰੀਓ ਕੋਵਿਡ-19 ਸਮਾਲ ਬਿਜ਼ਨਸ ਰਿਲੀਫ ਗ੍ਰਾਂਟ 100 ਤੋਂ ਘੱਟ ਕਰਮਚਾਰੀਆਂ ਵਾਲੇ ਯੋਗ ਕਾਰੋਬਾਰਾਂ ਨੂੰ $10,000 ਪ੍ਰਦਾਨ ਕਰੇਗੀ ਤੇ ਬੰਦ ਹੋਣ ਦੇ ਅਧੀਨ